खुला जा वीर, हो गया बोलो। मैं शहीद भगत स्कूल के कॉलेज तो इस टाइम मैं दूसरा सप फड़ रहा वा। मैं एक सप इस टाइम सवेरे फड़िया सी, हाँ जी हाँ जी वीर जी। मेरा नंबर तो 95-99-63-35 जितना का मर्जी सप होए, मैं बिना स्टेक बिना टंडे तो फड़दा। मैं इस चीज़ में एक शंकर भगवान की दया समझदा, एक नाग देवते की कृपा समझदा। लोग मैं यो गल कहते भजद सप फड़ते भी गल कर लेंगे जी, ये तो सुधर देगा बंद नहीं है। ਭਾਜੀ ਰਹਿਣ ਵਾਲੇ ਕਿੱਥੋਂ ਦੇ ਤੁਸੀਂ ਮਾੜਾ ਦੱਸਿਓ। ਮੈਂ ਜ਼ਿਲ੍ਹਾ ਤਰਨ ਤਾਰਨ ਸ਼ਹਿਰਪੁਰੀ ਦਾ ਰਹਿਣ ਵਾਲਾ ਵਾਂ। ਹਾਂਜੀ ਜਿੱਦਾਂ ਦਾ ਮਰਜ਼ੀ ਸਭ ਹੋਏ, ਮੈਂ ਬਿਨਾਂ ਸਟੇਕ ਬਿਨਾਂ ਡੰਡੇ ਤੋਂ ਫੜ ਲੈਂਦਾ ਵਾਂ। ਨਹੀਂ ਸੁਧਰਦਾ ਨੂੰ ਸੱਪ ਨੂੰ ਨਾ ਫੜਨ ਤੋਂ ਪਹਿਲਾਂ ਸੁਕਾਉਣਾ ਵੀ ਪੈਂਦਾ ਵਾ, ਇਹ ਥੋੜ੍ਹਾ ਐਕਟਿਵ ਜ਼ਿਆਦਾ ਵਾ। ਹਾਂਜੀ ਥੋੜ੍ਹਾ ਹੈਗਾ ਵੀ ਜ਼ਰੀਲਾ, ਰੋਣਨ ਸੱਪ ਖਿੱਚੇ ਨੂੰ। ਹਾਂਜੀ ਜ਼ਰੀਲਾ ਵੀ ਸਰ ਕਾਫੀ ਲੱਗਦਾ। ਵਾਹ ਸੱਤ ਸੱਪ ਮੈਨੂੰ ਪਿਛਲੇ ਸਾਲ ਲੜੇ ਆ, ਤਿੰਨ ਮੈਨੂੰ ਇਸ ਸਾਲ ਲੜੇ ਆ, ਤੂੰ ਸੁਧਰ ਮੈਂ ਨਹੀਂ ਆ ਗਿਆ। ਚਲੋ ਭਾਈ ਨਾ ਸੁਧਰ ਕੁਛ ਨਹੀਂ ਆਉਂਦਾ, ਮਾਰੇਂਗੇ ਉਹਨੂੰ, ਮਾਰੇਂਗੇ ਹੋਣੀਆਂ, ਲੈ ਕੇ ਜਾਏਂਗੇ ਆਪਣੇ ਸਾਥ। ਜੈ ਮੇਰੇ ਸ਼ੰਕਰ ਭਗਵਾਨ, ਮੈਂ ਤੇਰਾ ਨਾਂ ਲੈ ਕੇ ਹੁਣ ਇਹਨੂੰ ਕਾਹਨਾਂ ਲੱਗਾ। ਲੱਗ ਲਾ ਮੈਂ ਦਿਖ ਨਿਕਲੇ ਕਿਸਕੋ ਮੰਮਾ ਉੱਪਰ ਖੜੇ ਆ, ਮੰਮਾ ਅੰਦਰ ਪਏ ਆ। ਇਹ ਦੇਖੋ ਮੈਂ ਕਿੰਨੀ ਲਾ ਕੇ ਹੱਥ ਕੀਤਾ, ਕੀ ਇਹ ਮੈਨੂੰ ਨਹੀਂ ਸੀ ਡੰਗ ਮਾਰ ਸਕਦਾ। ਮੇਰਾ ਨੰਬਰ ਤਾਂ 95-99-63-35 ਜਿੱਦਾਂ ਦਾ ਮਰਜ਼ੀ ਸੱਪ ਹੋਏ, ਮੈਂ ਬਿਨਾਂ ਸਟਿੱਕ ਤੋਂ ਫੜ ਲੈਂਦਾ ਜੀ। ਹਾਂਜੀ ਮੈਂ ਨਾਗ ਦੇਵਤੇ ਦੀ ਸੇਵਾ ਕਰਦਾ, ਸ਼ੰਕਰ ਭਗਵਾਨ ਦਾ ਮੰਦਿਰ ਆ ਮੇਰੇ ਕੋਲ ਨਾਗ ਦੇਵਤੇ ਦਾ, ਮੈਂ ਇਸ ਚੀਜ਼ ਨੂੰ ਇੱਕ ਸ਼ੰਕਰ ਭਗਵਾਨ ਦੀ ਦੇਣ ਹੀ ਸਮਝਦਾ ਵਾਂ। ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਮੇਰੇ ਹੱਥਾਂ 'ਚ ਇੱਕ ਇਹੋ ਜਿਹਾ ਹੁਨਰ ਬਖਸ਼ਿਆ ਵਾ ਕਿ ਜਿੱਦਾਂ ਦਾ ਮਰਜ਼ੀ ਸੱਪ ਆ ਮੈਂ ਬਿਨਾਂ ਸਟਿੱਕ ਬਿਨਾਂ ਡੰਡੇ ਤੋਂ ਫੜ ਲੈਂਦਾ। ਜਿਹਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਅਤੇ ਸੈਂਡ ਕਰਿਓ, ਮੈਂ ਸੱਪ ਛੱਡਦੇ ਦੀ ਵੀ ਵੀਡੀਓ ਪਾਵਾਂਗਾ, ਇਹ ਰੋਣਨ ਸੱਪ ਜੀ। ਠੀਕ ਪਾਣੀ ਪਿਆ ਦਿਓ, ਪਿਆ ਡਿਸਟ੍ਰਿਕਟ ਤਰਨ ਤਾਰਨ ਸੀਲ ਪੱਟੀ ਤੋਂ ਜੀ ਸਰ ਤੁਸੀਂ। ਮੈਂ ਬੜੀਆਂ ਵੀਡੀਓ ਪਾਉਂਦਾ, ਲੋਕਾਂ ਨੂੰ ਪਤਾ ਲੱਗ ਜਾਣੀ।